ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਕੀ ਇਹ ਵੀਰੇ ਕਰਦੇ ਹੋ ਤੁਸੀਂ? ਕੀ ਤੇ ਕੀ ਜਾਣਸ ਬਣ ਗਿਆ ਇਹ ਚਾਂਸ ਕੀ ਮੰਨ ਗਿਆ ਜੀ? ਸਾਡੇ ਨਾ ਇੱਕ ਥੋੜ੍ਹਾ ਵੀਰੇ, ਉਹਨਾਂ ਮੂੰਹ ਕਰਕੇ ਗੱਲ ਕਰ ਮਾੜਾ ਜਿਹਾ। ਲੋਕਾਂ ਦੇ ਲੱਗਦਾ ਮਗਰ ਇੱਕ ਜੱਟ ਜਾਂ ਕਲੰਨ ਜੇ ਸਾਡੇ, ਅੱਛਾ ਜੀ। ਉਹ ਜੇ ਕਿਸੇ ਨੇ ਕਹਿਤਾ ਵੀ ਇਹ ਤਾਂ ਭਾਈ ਤੇਰਾ ਝੋਨਾ ਮਾੜਾ ਹੈ, ਅੱਛਾ ਜੀ। ਅਤੇ ਫਿਰ ਭਾਈ ਉਹ ਉਹਨਾਂ ਦੇ ਮਗਰ ਲਾ ਕੇ ਨਾ ਰੇਹ ਕੂੜਾ ਪਾਉਂਦਾ ਜ਼ਿਆਦੇ। ਅੱਛਾ ਜੀ, ਇਹ ਤਾਂ ਬਈ ਅਸੀਂ ਤਾਂ ਪਹਿਲੀ ਵਾਰ ਸੁਣ ਰਹੇ ਹਾਂ ਵੀ ਝੋਨਾ ਜ਼ਿਆਦਾ ਰੇਹ ਕਾਰਨ ਤੁਸੀਂ ਇਹ ਤਾਂ ਵੱਧ ਗਿਆ ਅਤੇ ਵੱਢੀ ਜਾਂਦੇ ਹੋ। ਅਤੇ ਪਹਿਲਾਂ ਇਹ 'ਚ ਤਾਂ ਕਿੰਨੀ ਕਿੰਨੀਆਂ ਬੋਰੀਆਂ ਪਾਈਆਂ ਵੀਰੇ? ਇਹ ਤਾਂ ਜੀ ਸਾਰੀਆਂ 8 ਕੁ ਬੋਰੀਆਂ ਕਿੱਲੇ ਦੀਆਂ ਹੋਈਆਂ। ਅੱਛਾ ਜੀ, ਅਤੇ ਪਹਿਲਾਂ ਚੱਲਿਆ ਨਹੀਂ, ਕਹਿੰਦਾ ਮੁੜ ਕੇ ਛੁੱਟੀ ਆਏ। ਅੱਠ ਅੱਛਾ ਜੀ, ਬੋਰੀਆਂ ਕਿੱਲੇ ਦੀਆਂ ਹੋ ਗਈਆਂ ਜੀ, ਸਾਡੇ ਕੋਲ 20 ਕਿੱਲੇ ਆ, ਅੱਛਾ ਜੀ, ਤੜਕੇ ਜੀ ਬੰਗਾਰ ਪਾਵਾਂਗੇ, ਅਸੀਂ ਜ਼ਰੂਰ ਵੱਢਾਂਗੇ ਇਹਨੂੰ ਅੱਛਾ ਜੀ, ਸਾਰੇ ਨੂੰ। ਅਤੇ ਅੱਛਾ ਜੀ। ਫਿਰ ਤਾਂ ਭਾਵਾਂ ਦੀ ਕੋਈ ਮੁੰਜਰ ਲੱਗਿਆ ਵੇ, ਨਹੀਂ ਇਹ ਡਿੱਗੀ ਜਾਂਦਾ ਜੀ। ਇਹ ਜੀ ਆਪਣਾ ਝੋਨਾ, ਇਹ ਤਾਂ ਕਿਹਦਾ ਜੀ ਇਹ? ਇਹ ਪਾਲ ਸਿੰਘ ਦਾ ਜੀ, ਅੱਛਾ ਜੀ, ਮੂਰੀ ਸਿੰਘ ਪਾਲ ਸਿੰਘ। ਅੱਛਾ ਜੀ, ਇਹ ਜੀ ਵਰਾਇਟੀ ਕਿਹੜੀ ਆ? ਵਰਾਇਟੀ ਤਾਂ ਜੀ ਇਹ ਮੁੱਛੜਾ ਹੈ, ਅੱਛਾ ਜੀ, ਕਿਹੜਾ ਵੱਜਦਾ ਹੈ ਅੱਛਾ ਜੀ, ਆਪਾਂ ਤਾਂ ਜੀ ਅਨਪੜ੍ਹ ਜੇ ਹਾਂ ਅਤੇ ਕੋਈ ਪਤਾ ਨਹੀਂ। ਅੱਛਾ ਜੀ, ਅਤੇ ਕਈ ਐਤਕੀ ਜੀ ਆਪਣੇ ਪਿੰਡ 'ਚ ਤਾਂ ਕਈ ਕਹਿੰਦੇ ਵੀ ਤਾਂ ਮੀਂਹ ਨਹੀਂ ਪਿਆ ਅਤੇ ਝੋਨੇ ਨੇ ਤਾਂ ਕੱਦ ਨਹੀਂ ਕਰਿਆ, ਅਤੇ ਤੁਸੀਂ ਜੀ ਤੁਹਾਡੇ, ਮੈਂ ਤਾਂ ਪਹਿਲੇ ਵਾਰ ਇਹ ਤਾਂ ਕਿਸਾਨ ਮੈਂ ਵੇਖ ਰਿਹਾ ਜੀ ਪਾ ਕੇ ਰੇ, ਅਤੇ ਹੁਣ ਤੁਸੀਂ ਉੱਤੋਂ ਝੋਨਾ ਮੁੱਛੀ ਨਹੀਂ, ਕੀ ਕਾਰਨ ਹੋ ਗਿਆ ਜੀ? ਇਹ ਤਾਂ ਜੀ ਅਸੀਂ ਤਾਂ ਮੀਂਹ ਮੰਗਦੇ ਨਹੀਂ, ਜੇ ਅੱਛਾ, ਮੀਂਹ ਮੰਗ ਲਿਆ ਤਾਂ ਸਾਡਾ ਇਹ ਨਹੀਂ ਪਤਾ ਵੀ ਕਿੱਕਰ ਕਿੱਕਰ ਜਿੱਡਾ ਵਗ ਜੇ ਝੋਨਾ। ਅੱਛਾ ਜੀ, ਹਾਂਜੀ। ਅਤੇ ਹੋਰ ਵੀਰੇ ਤੁਸੀਂ ਕੀ ਹੁਣ ਅਤੇ ਇਹ ਝੋਨੇ ਬਾਰੇ ਕੀ ਉਹ ਤਾਂ ਕਹਿਣਾ ਜੀ? ਅਸੀਂ ਤਾਂ ਜੀ ਐਂ ਕਹਿੰਦੇ ਹਾਂ ਕਿਸਾਨਾਂ ਨੂੰ ਵੀ ਘੱਟ ਤੋਂ ਘੱਟ ਰੇਹ ਪਾਓ, ਆਹ ਦੇਖ ਲਓ ਸਾਡੇ ਨਾਲ ਕੀ ਹਾਲ ਹੋ ਰਿਹਾ। ਅੱਛਾ ਜੀ, ਜੀ ਘੱਟ ਤੋਂ ਘੱਟ ਰੇਹ ਪਾਓ, ਪੀਲ ਕਿਤੇ ਝੋਨਾ ਪੱਕੇ, ਠੀਕ ਠੀਕ ਹੈ ਜੇ ਸਾਡੇ